ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰ ਲੈਨੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਬਜਟ ਪੇਸ਼ ਹੋਣ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਸਸਤੀਆਂ ਜਾਣੋ ਕਿਹੜੀਆਂ ਚੀਜ਼ਾਂ ਦੇ ਵਧੇ ਰੇਟ 1,47,000 ਲੋਕਾਂ ਨੂੰ ਜਲਦ ਪੀਆਰ ਦੇਵੇਗਾ ਕੈਨੇਡਾ ਰਹਾਦ ਪਰਿ ਖਬਰ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ ਜਾਰੋ ਨਵੇਂ ਰੇਟ ਪੰਜਾਬ ਵਿੱਚ ਫਿਲਹਾਲ ਬੰਦ ਰਹਿਣਗੇ ਸਕੂਲ ਕਾਲਜ ਜਾਈ ਰਹੇਗਾ ਨਾਈਟ ਕਰਫਿਊ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਨਿਰਮਲਾ ਸੀਤਾਰਮਨ ਨੇ ਬਜਟ 2022 ਚ ਨੌਕਰੀਆਂ ਕਰ ਕਿਸਾਨਾਂ ਤੇ ਕ੍ਰਿਪਟੋਕਰਸ ਨਾਲ ਸੰਬੰਧਿਤ ਕੀਤੇ ਵੱਡੇ ਐਲਾਨ ਵਿੱਤ ਮੰਤਰੀ ਨੇ ਬਜਟ ਵਿੱਚ ਕਿਸਾਂ ਨਾਲੇ ਖੋਲਿਆ ਪੇਟਾਰਾ ਕਿਸਾਨਾਂ ਲਈ ਵੱਡੇ ਐਲਾਨ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਜ਼ਰੂਰੀ ਖਬਰ ਇਸ ਤਰੀਕ ਨੂੰ ਪੈ ਸਕਦਾ ਮੀ ਦਿੱਲੀ ਚ ਲੜਕੀ ਨਾਲ ਜ਼ਬਰਜਨਾਹ ਦਾ ਮਾਮਲਾ ਕੇਜਰੀਵਾਲ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ ਜ਼ਬਰਜਨਾਹ ਮਾਮਲੇ ਚ ਐਮਐਲਏ ਫੈਸ ਨੂੰ ਰਾਹਤ ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਲਾਈ ਰੋਕ ਕੋਵਿਡ ਗਾਈਡਲਾਈਨਸ ਹਰ ਲੁਧਿਆਣਾ ਚ 10ਵੀਂ ਅਤੇ 12ਵੀਂ ਦੇ ਨਹੀਂ ਹੋਣਗੇ ਪ੍ਰੀ ਬੋਰਡ ਦੇ ਆਫਲਾਈਨ ਐਗਜ਼ਾਮ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤਾ ਇਨਕਾਰ ਫਰਵਰੀ ਵਿੱਚ ਚਾਈ ਵੱਡੀ ਖਬਰ ਤਨਖਾਹ ਵਿੱਚ ਹੋਵੇਗਾ 480 ਤੋਂ 90000 ਰੁਪਏ ਤੱਕ ਦਾ ਵਾਅਦਾ ਸੰਯੁਕਤ ਸਮਾਜ ਮੋਰਚੇ ਦੀ ਨਹੀਂ ਹੋਈ ਡਿਸਟ੍ਰਿਕਸ਼ਨ ਆਜ਼ਾਦ ਚੋਣ ਲੜਨਗੇ ਕਿਸਾਨ ਆਗੂ ਪੰਜਾਬ ਵਿੱਚ ਮਾਸਟਰ ਕਾਰਡਰ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਜਾਣੋ ਕਦੋਂ ਲਾਸਟ ਡੇਟ ਪਾਤਾ ਵਿੱਚ ਕਰੋਨਾ ਦੀ ਰਫ਼ਤਾਰ ਮੱਠੀ ਪਿਛਲੇ 24 ਘੰਟਿਆਂ ਦੇ ਦੌਰਾਨ 1 ਪਰ 67 ਲੱਖ ਨਵੇਂ ਕੇਸ ਨਵੇਂ ਕੇਸਾਂ 'ਚ 20% ਦੀ ਕਮੀ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਦੋਸਤੋ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਕਿ ਆਪਣੀਆਂ ਖਬਰਾਂ ਨੂੰ ਦੋਸਤੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਨਾਲ ਹੀ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਆ ਜੀ ਪਹਿਲੀ ਵੱਡੀ ਖਬਰ ਜੀ ਕਿ ਬਜਟ ਪੇਸ਼ ਹੋਣ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਸਸਤੀਆਂ ਜਾਣੋ ਕਿਹੜੀਆਂ ਚੀਜ਼ਾਂ ਦੇ ਵਧੇ ਰੇਟ ਦੋਸਤੋ 1 ਫਰਵਰੀ ਤੋਂ ਵਿੱਤ ਮੰਤਰੀ ਨਿਰਮਲ ਸਿਤਰਮਨ ਨੇ ਕੱਲ ਚੌਥਾ ਬਜਟ ਪੇਸ਼ ਕੀਤਾ ਕੱਲ ਦੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਬਜਟ ਪੇਸ਼ ਹੋਣ ਤੋਂ ਬਾਅਦ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਕੁਝ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਦੱਸ ਦਈਏ ਕਿ ਇਸ ਵਾਰ ਦੇ ਬਜਟ ਵਿੱਚ ਕਿਹੜੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਜਾਵੇਗੀ ਤੇ ਕਿਹੜੀਆਂ ਵਸਤਾਂ ਦੇ ਰੇਟ ਆ ਵਦਨਗੇ ਸਸਤਾ ਹੋਣ ਵਾਲਾ ਸਮਾਨ ਹੈਗਾ ਜੀ ਚਮੜੇ ਦਾ ਸਮਾਨ ਵਿਦੇਸ਼ ਵਿੱਚੋਂ ਆਉਣ ਵਾਲੀਆਂ ਮਸ਼ੀਨਾਂ ਹੀਰੇ ਦੀ ਜੁਐਲਰੀ ਸਸਤੀ ਮੋਬਾਈਲ ਫੋਨ ਚਾਰਜਰ ਕੱਪੜਾ ਖੇਤੀ ਦੇ ਸੰਦ ਹੋਣਗੇ ਸਸਤੇ ਜੁੱਤੀਆਂ ਮਹਿੰਗੀਆਂ ਹੋਇਆਂ ਸਮਾਨ ਸ਼ਰਾਬ ਰੂਹ ਖੁਰਾਕੀ ਤੇਲ LED ਲਾਈਟਰ ਅਤੇ ਛਤਰੀਆਂ ਇਹ ਜਿਹੜਾ ਸਮਾਨ ਹੈ ਜੀ ਮਹਿੰਗਾ ਹੋ ਚੁੱਕਿਆ ਅਗਲੀ ਖਬਰ ਦੀ ਗੱਲਬਾਤ ਕਰਦੇ ਹਾਂ ਜੀ 1 ਲੱਖ 47 ਹਜ਼ਾਰ ਲੋਕਾਂ ਨੂੰ ਜਲਦ ਪੀਆ ਦੇਵੇਗਾ ਕੈਨੇਡਾ ਦੋਸਤੋ ਕੈਨੇਡਾ ਸਰਕਾਰ ਸਿਟੀਜ਼ਨਸ਼ਿਪ ਅਤੇ ਪੀਆਰ ਸੜੇ ਇਮੀਗ੍ਰੇਸ਼ਨ ਨਾਲ ਸੰਬੰਧਤ ਹੋਰ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੱਡੇ ਕਦਮ ਚੁੱਕਣ ਜਾ ਰਹੀ ਹੈ ਇਸ ਲਈ ਨਵੇਂ ਮਾਪਦੰਡਾਂ ਦਾ ਐਲਾਨ ਕੀਤਾ ਗਿਆ ਇਸ ਦੇ ਚੱਲਦੇ 2022 ਦੀ ਪਹਿਲੀ ਤਮਾਹੀ ਵਿੱਚ 147000 ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮੁੜਲੀ ਤੇ ਲਿਆਉਣੇ ਕੈਨੇਡਾ ਦੀ ਚੌਥੀ ਯੋਜਨਾ ਲੈ ਕੇ ਆਏ ਨੇ ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਪਰਮਨੈਂਟ ਰੈਜ਼ੀਡੈਂਟ ਕਾਰਡਾਂ ਨੂੰ ਰੀਨਿਊ ਕਰਨ ਦੀ ਪ੍ਰਕਿਰਿਆ ਨੇਪਰੇ ਚਾੜਨ ਦੇ ਯਤਨ ਕੀਤੇ ਜਾਣਗੇ ਅਗਲੀ ਖਬਰ ਕੀ ਰਾਹਤ ਭਰੀ ਖਬਰ ਐਲਪੀਸ ਲੰਡਰਾਂ ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ ਜਾਣੋ ਨਵੇਂ ਰੇਟ ਦੋਸਤੋ ਵਾਦੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਪਾਣਿਆ ਹੋਇਆ ਪਰ ਇਸ ਵਿਚਾਲੇ ਇੱਕ ਰਾਹਤ ਭਰੀ ਖਬਰ ਆਈ ਹੈ ਜੀ ਮਹੀਨੇ ਦੇ ਪਹਿਲੇ ਦਿਨ ਯਾਨੀ ਕੱਲ 1 ਫਰਵਰੀ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 91 ਰੁਪਏ 50 ਪੈਸੇ ਦੀ ਕਟੌਤੀ ਕੀਤੀ ਗਈ ਹੈ ਦਿੱਲੀ ਵਿੱਚ ਹੁਣ ਇਹ ਸਿਲੰਡਰ 1907 ਰੁਪਏ ਦਾ ਮਿਲੇਗਾ ਨਵੀਂ ਕੀਮਤ ਕੱਲ ਤੋਂ ਲਾਗੂ ਹੋ ਗਈ ਹੈ ਜਦ ਕਿ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਹਾਲੇ ਕੋਈ ਬਦਲਾਅ ਨਹੀਂ ਕੀਤਾ ਗਿਆ ਦਿੱਲੀ ਵਿੱਚ 19 ਕਿਲੋ ਕਮਰਸ਼ੀਅਲ ਗੈਸ ਦੀ ਕੀਮਤ 91 ਰੁਪਏ 50 5 ਪੈਸੇ ਘਟ ਕੇ 1907 ਰੁਪਏ ਤੇ ਆ ਗਈ ਹੈ ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 99 ਰੁਪਏ ਡਿੱਗ ਕੇ 1987 ਰੁਪਏ ਹੋ ਗਈ ਹੈ ਪਹਿਲਾ ਇਸ ਦੀ ਕੀਮਤ 2076 ਰੁਪਏ ਸੀ ਅਗਲੀ ਖਬਰ ਪੰਜਾਬ ਵਿੱਚ ਫਿਲਹਾਲ ਬੰਦ ਰਹਿਣਗੇ ਸਕੂਲ ਕਾਲਜ ਜਾਈ ਰਹੇਗਾ ਨਾਈਟ ਕਰਫਿਊ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਅ ਦੋਸਤੋ ਪੰਜਾਬ ਵਿੱਚ ਫਿਲਹਾਲ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਰਹਿਣਗੇ ਨਾਈਟ ਕਰਫਿਊ ਵੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਈ ਰਹੇਗਾ ਤਾਜ਼ਾ ਹੁਕਮ ਅਨੁਸਾਰ ਪੰਜਾਬ ਭਰ ਵਿੱਚ ਸਕੂਲ ਕਾਲਜ 8 ਫਰਵਰੀ ਤੱਕ ਵਿਦਿਆਰਥੀਆਂ ਲਈ ਬੰਦ ਰਹਿਣਗੇ ਸਮਾਗਮਾਂ ਦੀ ਲਿਮਟ ਇਨਡੋਰ ਚ 500 ਲੋਕ ਅਤੇ ਆਊਟਡੋਰ ਚ 1000 ਲੋਕ ਮੌਜੂਦ ਹੋ ਸਕਦੇ ਨੇ ਸਾਰਿਆਂ ਨੂੰ ਕੋਵਿਡ ਪ੍ਰੋਟੋਕੋਲ ਨੂੰ ਫੋਲੋ ਕਰਨਾ ਪਵੇਗਾ ਇਸ ਦੇ ਨਾਲ ਹੀ ਜਨਤਕ ਥਾਵਾਂ ਮੰਡੀਆਂ ਬਾਜ਼ਾਰਾਂ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਮਾਸਕ ਨਾ ਪਾਉਣ ਵਾਲਿਆਂ ਨੂੰ ਦਫ਼ਤਰ ਵਿੱਚ ਕੋਈ سہولت ਨਹੀਂ ਮਿਲੇਗੀ ਦੋਵੇਂ ਡੋਜ਼ ਲੈਣ ਵਾਲੇ ਮੁਲਾਜ਼ਮੇ ਹੀ ਸਰਕਾਰੀ ਤੇ ਨਿੱਜੀ ਦਫ਼ਤਰਾਂ ਫੈਕਟਰੀਆਂ ਤੇ ਤਜੋਗਾ ਵਿੱਚ ਕੰਮ ਕਰ ਸਕਣਗੇ ਬਾਅਦ ਸਿਨੇਮਾ ਮਲਟੀਪਲੈਕਸ ਮਾਲ ਰੈਸਟੋਰੈਂਟ ਸਪਾ ਅਤੇ ਅਜਾਇਬ ਘਰ ਚਿੜੀਏ ਘਰ ਪੰਜਾਬ ਪ੍ਰੇਸ਼ਾਸ ਸਮਰਥਾਦਾਰ ਖੋਲੇ ਜਾ ਸਕਦੇ ਨੇ ਨਿਰਮਲਾ ਸੀਤਾਰਮਨ ਨੇ ਬਜਟ 2022 ਵਿੱਚ ਨੌਕਰੀਆਂ ਘਰ ਕਿਸਾਨਾਂ ਤੇ ਕ੍ਰਿਪਟੋਕਸ ਸੰਬੰਧੀ ਕੀਤੇ ਵੱਡੇ ਐਲਾਨ ਦੋਸਤੋ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਦੀ ਲਾਗ ਦੀ ਗੰਬੀਰ ਸਥਿਤੀ ਦਰਵਿਤ ਸਾਲ 2022 ਤੇ ਲਈ ਕੇਂਦਰੀ ਬਜਟ 2022 ਪੇਸ਼ ਕੀਤਾ ਹੈ ਉਹਨਾਂ ਨੌਕਰੀ ਉਹਨਾਂ ਨੌਕਰੀਆਂ ਘਰ ਕਿਸਾਨ ਰੱਖਿਆ ਕਾਰੋਬਾਰ ਤੇ ਕ੍ਰੈਡਿਟੋ ਸਮੇਤ ਕਈ ਖੇਤਰਾਂ ਲਈ ਵੱਡੇ ਐਲਾਨ ਕੀਤੇ ਨੇ ਉਹਨਾਂ ਇਸ ਬਜਟ ਨੂੰ ਅਗਲੇ 25 ਸਾਲਾਂ ਦਾ ਬਲੂਪ੍ਰਿੰਟ ਦੱਸਿਆ ਹੈ ਸੀਧਾਰਮਨ ਨੇ 2019 ਦੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੌਥੀ ਵਾਰ ਬਜਟ ਪੇਸ਼ ਕੀਤਾ ਹੈ ਸੰਸਦ ਵਿੱਚ ਉਹਨਾਂ ਦੇ ਭਾਸ਼ਣ ਦੇ ਮੁੱਖ ਅੰਸ਼ ਇਹ ਹਨ ਦੇਰਬਾਸੀ ਤਰ੍ਹਾਂ ਦਾ ਬਜਟ ਪਾਸ਼ਾ ਖਤਮ ਹੋਇਆ ਕਟੇ ਅਤੇ ਪੌਲ ਸ਼ਹੀਰੀਆਂ ਤੇ ਰਤਨਾ ਤੇ ਕਸਟਮ ਡਿਊਟੀ ਘਟਾ ਕੇ 5% ਕਰ ਦਿੱਤੀ ਜਾਵੇਗੀ ਸਹਿਕਾਰੀ ਸਰਚਾਰਜ 12% ਤੋਂ ਘਟਾ ਕੇ 7% ਕੀਤਾ ਜਾਵੇਗਾ ਇਲੈਕਟ੍ਰੋਨਿਕ ਸਨਰਮਾਨ ਨੂੰ ਅੱਗੇ ਵਧਾਉਣ ਲਈ ਇਲੈਕਟ੍ਰੋਨਿਕਸ ਵਸਤਾਂ ਤੇ ਉੱਚ ਵਿਕਾਸ ਲਈ ਡਿਊਟੀ ਰੈਇਤਾਂ ਦਿੱਤੀਆਂ ਗਈਆਂ ਨੇ ਕਰਦਾਤਾ ਸਲਾਗਾ ਤੇ ਹੱਕਦਾਰ ਹਨ ਜਿਨ੍ਹਾਂ ਨੇ ਬਿਹਤਰ ਟੈਕਸੇਸ਼ਨ ਅਤੇ ਜੀਐਸਟੀ ਚ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਲਈ ਤਾਂ ਦੇਹੀ ਨਾਲ ਯੋਗਦਾਨ ਪਾਇਆ ਹੈ 2022-23 ਦੇ ਕੇਂਦਰੀ ਬਜਟ ਵਿੱਚ 7.5 ਲੱਖ ਕਰੋੜ ਰੁਪਏ ਦੀ ਪੂੰਜੀ ਖਰਚ ਦਾ ਪ੍ਰਬੰਧ ਕੀਤਾ ਗਿਆ ਹੈ 2022-23 ਵਿੱਚ ਇਹ ਖਰਚ ਜੀਡੀਪੀ ਦਾ 2.9% ਹੋਵੇਗਾ ਸਟਾਰ ਪਲਸ ਸਟਾਰਟਅੱਪਸ ਲਈ ਮੌਜੂਦਾ ਟੈਕਸ ਲਾਭ ਜਿਨ੍ਹਾਂ ਨੂੰ ਲਗਾਤਾਰ 3 ਸਾਲਾਂ ਦੇ ਟੈਕਸ ਛੋਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਨੂੰ ਇੱਕ ਸਾਲ ਹੋਰ ਵਧਾ ਦਿੱਤਾ ਗਿਆ ਜੇ ਗੱਲ ਕਰੀਏ ਕ੍ਰਿਪਟੋ ਕਰੰਸੀ ਤੇ ਕ੍ਰਿਪਟੋ ਕਰੰਸੀ ਤੇ 1% ਦੀ TDS ਲਗਾਇਆ ਜਾਵੇਗਾ ਤੇ ਇਸ ਤੋਂ ਹੋਣ ਵਾਲੀ ਆਮਦਨ ਤੇ 30 ਫੀਸਦੀ ਟੈਕਸ ਲਗਾਇਆ ਜਾਵੇਗਾ ਸਹਿਕਾਰੀ ਸੁਭਾਵਾਂ ਲਈ ਟੈਕਸ ਦਰ ਘਟਾ ਕੇ 18 ਫੀਸਦੀ ਕਰ ਦਿੱਤੀ ਗਿਆ ਇਸ ਨੂੰ ਵਧਾ ਕੇ 15 ਫੀਸਦੀ ਕਰਨ ਅਤੇ ਸਰਚਾਰਜ ਨੂੰ 12 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰਨ ਦਾ ਪ੍ਰਸਤਾਵ ਹੈ ਸਰਕਾਰੀ ਮੁਲਾਇਮਾਂ ਦੀ ਪੈਨਸ਼ਨ 'ਚ ਟੈਕਸ ਛੋਟ ਦਾ ਪ੍ਰਸਤਾਵ ਜਿਹੜਾ ਦਿੱਤਾ ਗਿਆ ਹੈ ਦਿਵਿਆਂਗ ਦੇ ਮਾਤਾ ਪਿਤਾ ਨੂੰ ਵੀ ਟੈਕਸ ਵਿੱਚ ਛੋਟ ਮਿਲੇਗੀ ਆਈਟੀਆਰ ਗਲਤੀ ਵਿੱਚ ਸੁਧਾਰ ਦੇ 2 ਸਾਲ ਲਈ ਮਨਜ਼ੂਰ ਹੈ ਵਿੱਤ ਮੰਤਰੀ ਨੇ ਬਜਟ ਚ ਕਿਸਾਨਾਂ ਵਾਲੇ ਖੋਲਿਆ ਪਟਾਰਾ ਕਿਸਾਨਾਂ ਲਈ ਵੱਡੇ ਐਲਾਨ ਦੋਸਤੋ ਵਿੱਤ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਵਿੱਚ 2021-22 ਦੌਰਾਨ 128 ਲੱਖ ਮੈਟ्रिक टन ਕਣਕ ਅਤੇ ਝੋਨੇ ਦੀ ਖਰੀਦ ਕੀਤੀ ਗਈ ਹੈ ਤੇ ਐਮਐਸਪੀ ਰਾਹੀਂ ਕਿਸਾਨਾਂ ਨੂੰ 2.37 ਲੱਖ ਕਰੋੜ ਰੁਪਏ ਦਿੱਤੇ ਗਏ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਇਸ ਦਾ ਪਹਿਲਾ ਪ੍ਰੋਜੈਕਟ ਗੰਗਾ ਨਦੀ ਦੇ ਕਿਨਾਰੇ ਸ਼ੁਰੂ ਕੀਤਾ ਜਾਵੇਗਾ ਤੇ ਇਹਦੀ درآمد ਨੂੰ ਘਟਾਉਣ ਲਈ ਤੇਰ ਬੀਜਾਂ ਦੀ درآمد ਤੇ ਨਿਰਪਰਤਾ ਘਟਾਈ ਜਾਵੇਗੀ ਕਿਸਾਨਾਂ ਨੂੰ ਡੇਟਲ ਸਰਵਿਸ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਆਰਗੇਨਿਕ ਖੇਤੀ ਤੇ ਸਰਕਾਰ ਦਾ ਜ਼ੋਰ ਹੋਵੇਗਾ ਖੇਤੀਬਾੜੀ ਖੇਤਰ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ PPP ਮਾਡਲ ਤੇ ਕੰਮ ਕੀਤਾ ਜਾਵੇਗਾ ਕਿਸਾਨਾਂ ਨੂੰ ਖੇਤਾ ਵਿੱਚ ਕੀਟਨਾਸ਼ਕ ਦੇ ਛਿੜਕਾ ਦੇ ਵਰਤੋਂ ਬਾਰੇ ਦੱਸਿਆ ਜਾਵੇਗਾ ਰਾਜਾਂ ਨੂੰ ਜੈਵਿਕ ਖੇਤੀ ਨੂੰ ਵਧਾਉਣ ਲੈ ਕੇ ਹਜਾ ਜਾਵੇਗਾ ਦੇ ਨਾਬਾਰੜ ਦੁਆਰਾ ਖੇਤੀਬਾੜੀ ਦੇ ਖੇਤਰ ਵਿੱਚ ਸਟਾਰਟ ਅਫ ਲਈ ਫੀਡਿੰਗ ਫੰਡਿੰਗ ਦੀ ਟੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿਸਾਨਾਂ ਨੂੰ ਮਸ਼ੀਨਾਂ ਕਿਰਾਏ ਤੇ ਦੇਣ ਲਈ ਨਵੀਂ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਟੰਗ ਤਰੀਕੇ ਤੇ ਕੰਮ ਕੀਤਾ ਜਾਵੇਗਾ ਅਗਲੀ ਖਬਰ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਜ਼ਰੂਰੀ ਖਬਰ ਇਸ ਤਰੀਕ ਨੂੰ ਪੈ ਸਕਦਾ ਮੀਂਹ ਦੋਸਤੋ ਪਛਮੀ ਚੱਕਰਵਾਦ ਦੇ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 3-4 ਫਰਦੀ ਨੂੰ ਮੀਂਹ ਪੈ ਸਕਦਾ ਜੀ ਇਸ ਸੰਭਾਵਨਾ ਚੰਡੀਗੜ੍ਹ ਮੌਸਮ ਵਿਭਾਗ ਨੇ ਪ੍ਰਗਟ ਕਰਦੇ ਦੱਸਿਆ ਕਿ ਠੰਡ ਲਹਿਰ ਦਾ ਕੁਝ ਵੀ ਦਾਵੇ ਕੁਝ ਦਿਨਾਂ ਦੌਰਾਨ ਪੰਜਾਬ ਵਾਸੀ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਮਾਹਿਰਾਂ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਖੇਤੀ ਕਾਰਜ ਕਰਨ ਮੌਸਮ ਭਾਗ ਮੁਤਾਬਕ ਧੁੱਪ ਨਿਕਲਣਾ ਠੰਡ ਥੋੜੀ ਜਹੀ ਘਟ ਗਈ ਸੀ ਪਰ ਮੰਗਲਵਾਰ ਨੂੰ ਸਵੇਰ ਦੇ ਸਮੇਂ ਸੰਗਣੀ ਤੰਦ ਪੈਣ ਕਾ ਠੰਡ ਨੇ ਇੱਕ ਵਾਰ ਫਿਰ ਜੋਰ ਫੜ ਲਿਆ ਦਿੱਲੀ ਵਿੱਚ ਲੜਕੀ ਨਾਲ ਜ਼ਬਰਦਸਤੀ ਦਾ ਮਾਮਲਾ ਕੇਜਰੀਵਾਲ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਸਤੁਰਬਾ ਨਗਰ ਚ ਕਥਿਤ ਤੌਰ ਤੇ ਸਮੂਹਿਕ ਬਲਾਤਕਾਰ ਦੇ ਸ਼ਿਕਾਰ 20 ਸਾਲਾ ਔਰਤ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਇਸੇ ਨਾਲ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਫਾਸਟ ਟਰੈਕ ਕੋਰਟ ਵਿੱਚ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਸਮਰੱਥ ਵਕੀਲ ਦੀ ਨਿਯੁਕਤੀ ਕਰੇਗੀ ਜਬਰਦਸਤ ਨਾ ਮਾਮਲੇ 'ਚ ਐਮਐਲਏ ਬੈਸ ਨੂੰ ਰਾਹਤ ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਲਈ ਰੋਕ ਦੋਸਤੋ ਜਬਰਦਸਤ ਨਾ ਕੇਸ 'ਚ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਮਰਜੀਤ ਸਿੰਘ ਬੈਸ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਿਆ ਸੁਪਰੀਮ ਕੋਰਟ ਨੇ ਬੈਸ ਦੀ ਗ੍ਰਿਫਤਾਰੀ ਦੇ ਵੀਰਵਾਰ ਤੱਕ ਲਈ ਰੋਕ ਲਗਾ ਦਿੱਤੀ ਦਰਸਲ ਬੈਸ ਖਿਲਾਫ ਕਥਿਤ ਤੌਰ ਤੇ 44 ਸਾਲਾ ਔਰਤ ਨਾਲ ਜਬਰਦਸਤ ਨਾ ਮਾਮਲੇ 'ਚ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਸਨ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੋਣਾ ਤਿੰਨ ਫਰਵ ਨੂੰ ਹੋਵੇਗੀ ਚੀਫ ਜਸਟਿਸ ਆਫ ਇੰਡੀਆ ਐਨਵੀ ਰਮਨਾ ਬਜ ਜਸਟਿਸ ਐਸ ਬੋਪਰਨਾ ਤੇ ਜੱਜ ਹਿਮਾ ਕੋਹਲੀ ਦੇ ਬੈਂਚ ਨੇ ਇਹ ਹੁਕਮ ਜਾਰੀ ਕੀਤਾ ਹੈ दरअसल ਬੈਸ ਨੇ ਸੁਪਰੀਮ ਕੋਰਟ ਤੇ ਬੀਤੇ ਵੀਰਵਾਰ ਨੂੰ ਇਸ ਸੰਬੰਧੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਅੱਜ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਮੁਕਰ ਲੋhtਗੀ ਵੱਲ ਦਲੀਲ ਦੇ ਤਬਾਅ ਇਹ ਫੈਸਲਾ ਸੁਣਾਇਆ ਗਿਆ ਹੈ ਕੋਵਿਡ ਗਾਈਡਲਾਈਨਸ ਲੁਧਿਆਣਾ ਚ 10ਵੀਂ ਅਤੇ 12ਵੀਂ ਦੇ ਨਹੀਂ ਹੋਣਗੇ ਪ੍ਰੀ ਬੋਰਡ ਆਫਲਾਈਨ ਐਗਜ਼ਾਮ ਪ੍ਰਸ਼ਾਸਨ ਦਾ ਮਨਜ਼ੂਰੀ ਦੇਣ ਤੋਂ ਇਨਕਾਰ ਦੋਸਤੋ ਸ਼ਹਿਰ ਵਿੱਚ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਜ਼ਿਲ੍ਹੇ ਵਿੱਚ ਹੁਣ 10ਵੀਂ 12ਵੀਂ ਦੀਆਂ ਪ੍ਰੀ ਬੋਰਡ ਆਫਲਾਈਨ ਪ੍ਰੀਖਿਆਵਾਂ ਨਹੀਂ ਹੋਣਗੀਆਂ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਜਿਹੜੀ ਕਿ CBSE ਵੱਲੋਂ ਭੜਾਇਗੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ LSSSC ਦੇ ਡਿਪਟੀ ਕਮਿਸ਼ਨਰ ਵਿੰਦਾ ਸ਼ਰਮਾ ਨੂੰ ਪੱਤਰ ਲਿਖ ਕੇ ਬੋਰਡ ਦੀਆਂ ਕਲਾਸਾਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਨੂੰ ਆਫਲਾਈਨ ਮੋਡ ਵਿੱਚ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੰਗ ਕੋਵਿਡ-19 ਕਾਰਨ ਰੱਖੀ ਗਈ ਹੈ ਫਰਵਰੀ ਵਿੱਚ ਆਈ ਵੱਡੀ ਖਬਰ ਤਨਖਾਹ ਵਿੱਚ ਹੋਵੇਗਾ 6480 ਤੋਂ 90000 ਰੁਪਏ ਤੱਕ ਦਾ ਵਾਅਦਾ ਫਰਵਰੀ 2022 ਕੇਂਦਰ ਸਰਕਾਰ ਨੇ 1 ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨ ਲਈ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ ਉਹਨਾਂ ਦੀ ਤਨਖਾਹ ਫਿਰ ਵਧਣ ਜਾ ਰਹੀ ਹੈ ਜਿਸ ਵਿੱਚ 4680 ਰੁਪਏ ਤੋਂ ਲੈ ਕੇ 90000 ਰੁਪਏ ਸਾਲਾਨਾ ਦਾ ਵਾਧਾ ਹੋਵੇਗਾ ਇਹ ਵਾਧਾ ਮਹਿੰਗਾਈ ਭੱਤੇ ਭਾਵ ਬੀਅਰਨੈਸ ਅਲੋਨਸ ਦੇ ਰੂਪ ਵਿੱਚ ਹੋਵੇਗਾ ਜੀ ਹਾਂ ਉਹਨਾਂ ਦੇ ਮਹਿੰਗਾਈ ਭੱਤੇ ਵਿੱਚ ਵਾਅਦੇ ਦਾ ਐਲਾਨ ਹੋਲੀ ਦੇ ਆਸ-ਪਾਸ ਹੋਵੇਗਾ ਪਰ ਮਹਾਰਾ ਨੇ ਇਹ ਸਪਸ਼ਟ ਕਰ ਦਿੱਤਾ ਕਿ ਜਨਵੀ 2022 ਵਿੱਚ ਡੀਏ ਵਿੱਚ ਕਿੰਨਾ ਵਾਅਦਾ ਹੋਵੇਗਾ اے ਆਈ ਸੀ ਪੀ ਆਈ ਆਈ ਡਬਲਯੂ ਵਿੱਚ ਦਸੰਬਰ ਵਿੱਚ ਆਈ ਗਿਰਾਵਟ ਡੀਏ ਕੈਲਕੂਲੇਸ਼ਨ ਮਾਹੇ ਰਾਰੀ ਸ਼ੰਕਰ ਤਿਵਾਰੀ ਨੇ ਜਗਰਾਂ ਜਗਰਾਂ .com ਜਾਗਰਣ .com ਨੂੰ ਦੱਸਿਆ ਕਿ ਦਸੰਬਰ 2021 ਲਈ اے ਆਈ ਸੀ ਪੀ ਆਈ ਦਾ ਡਾਟਾ ਜਾਰੀ ਕੀਤਾ ਹੈ ਹਾਲਾਂਕਿ ਦਸੰਬਰ ਵਿੱਚ ਇਹ 0.3 ਅੰਕ ਦੇ ਇੱਕ 125.4 ਤੇ ਆ ਗਿਆ ਜਦਕਿ ਨਵੰਬਰ 2021 ਵਿੱਚ ਇਹ 125.7 ਦਾ ਅੰਕ ਤੇ ਸੀ ਯਾਨੀ ਨਵੰਬਰ 2021 ਦੇ ਮੁਕਾਬਲੇ ਇਸ 'ਚ 0.24 ਫੀਦੀ ਦੀ ਕਮੀ ਆਈ ਹੈ ਪਰ ਸਨਲ ਮਹਿੰਗਾਈ ਪੱਤੇ 'ਚ ਵਾਧੇ ਦੇ ਕੋਈ ਖਾਸ ਅਸਰ ਨਹੀਂ ਪਵੇਗਾ। ਸੰਯੁਕਤ ਸਭਾ ਮੋਚੇ ਦੀ ਨਹੀਂ ਹੋਈ ਰਜਿਸਟ੍ਰੇਸ਼ਨ ਆਜ਼ਾਦ ਚੋਣ ਲੜਨਗੇ ਕਿਸਾਨ ਆਗੂ ਇਸ ਵਾਰ ਪਹਿਲੀ ਵਾਰ ਪੰਜਾਬ ਦਾ ਸਭਾ ਚੋਣਾਂ ਵਿੱਚ ਕੁੱਦੀ ਸੰਯੁਕਤ ਸਮਾਜ ਮੋਰਚੇ ਦੀ ਪਾਰਟੀ ਦੇ ਤੌਰ ਤੇ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਹੈ ਇਸ ਲਈ ਇਸ ਮੋਰਚੇ ਦੇ ਉਮੀਦਵਾਰ ਆਜ਼ਾਦ ਚੋਣ ਲੜਨਗੇ ਮੋਰਚੇ ਦਾ ਇਲਜ਼ਾਮ ਹੈ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਰਜਿਸਟ੍ਰੇਸ਼ਨ ਵਿੱਚ ਅੜਿੱਕੇ ਪਾਏ ਨੇ ਕਿਸਾਨ ਆਗੂ ਪ੍ਰੇਮ ਸਿੰਘ ਭੰਗੋ ਨੇ ਕਿਹਾ ਕਿ ਆਪ ਨਹੀਂ ਚਾਹੁੰਦੇ ਸੀ ਕਿ ਮੋਰਚੇ ਦਾ ਰਜਿਸਟ੍ਰੇਸ਼ਨ ਹੋਵੇ ਕਿਉਂ ਮੋਰਚੇ ਕਾਰਨ ਆਪ ਦੀ ਜ਼ਮੀਨ ਖਿਸਕੀ ਹੈ ਲੋਕ ਬਦਲ ਲੈਣ ਲਈ ਮੋਰਚੇ ਨਾਲ ਖੜੇ ਨੇ ਉਹਨਾਂ ਕਿਹਾ ਕਿ ਸਨ ਚੋਣ ਕਮਿਸ਼ਨ ਲਾਰੇ ਲਾਉਂਦਾ ਰਿਹਾ ਤੇ ਅਸੀਂ ਤਿੰਨ ਚੋਣ ਨਿਸ਼ਾਨ ਵੀ ਬਦਲ ਵਜੋਂ ਦੱਸੇ ਹਨ ਚੋਣ ਕਮਿਸ਼ਨ ਤੋਂ ਇੱਕ ਚੋਣ ਨਿਸ਼ਾਨ ਦੀ ਮੰਗੀ ਦੀ ਸੀ ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਾਂਝਾ ਮੋਅਤ ਤੇ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣ ਇਕੱਠੀਆਂ ਲੜਨ ਦੀ ਹੈ ਪਰ ਉਹ ਆਪਸ ਵਿੱਚ ਹੀ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਪੰਜਾਬ ਵਿੱਚ ਮਾਸਟਰ ਕਾਰਡ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਜਾਣਕਾ ਤੋਂ ਲਾਸਟ ਡੇਟ ਹੈ ਦੋਸਤੋ ਸਿੱਖਿਆ ਭਗ ਪੰਜਾਬ ਨੇ ਹਾਲ ਹੀ ਵਿੱਚ ਮਾਸਟਰ ਕਾਰਡ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਸੀ ਅਸਪਤੀ ਮੁਹੰਮਦ ਰਾਹੀ કુલ 2100 ਅਸਾਮੀਆਂ ਭਰੀਆਂ ਜਾਣੀਆਂ ਨੇ ਪੰਜਾਬ ਦੇ ਨੌਜਵਾਨਾਂ ਲਈ ਇਸ ਸੰਬੰਧੀ ਤਾਜ਼ਾ ਤੇ ਚੰਗੀ ਸੂਚਨਾ ਇਹ ਹੈ ਕਿ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ ਇਸ ਲਈ ਇੱਛਕ ਅਤੇ ਯੋਗ ਉਮੀਦਵਾਰ ਅਜੇ ਵੀ ਅਪਲਾਈ ਕਰ ਸਕਦੇ ਨੇ ਪੰਜਾਬ ਮਾਸਟਰ ਕਾਰਡ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ ਵਧਾ ਕੇ 10 ਮਾਰਚ 2022 ਕਰ ਦਿੱਤੀ ਗਈ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਮਾਸਟਰ ਕਾਰਡ ਦੀਆਂ ਅਸਾਮੀਆਂ ਲਈ ਇਸ ਭਰਤੀ ਲਈ ਅਰਜ਼ੀਆਂ ਆਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਨੇ ਇਸ ਲਈ ਤੁਹਾਨੂੰ ਪੰਜਾਬ ਸਿੱਖਿਆ ਵਿਭਾਗ ਦੀ ਅਧਿਕਾਰਿਤ ਵੈੱਬਸਾਈਟ ਤੇ ਜਾਣਾ ਪਵੇਗਾ ਜਿਸ ਦਾ ਪਤਾ ਹੈਗਾ ਜੀ www.educationrequirementboard.com ਤੇ ਹੈ ਤੇ ਤੁਸੀਂ ਇੱਥੇ ਜਾ ਕੇ ਜਿਹੜੀ ਆਪਣੀ ਪੋਸਟ ਅਪਲਾਈ ਕਰ ਸਕਦੇ ਹੋ ਭਾਰਤ ਵਿੱਚ ਕਰੋਨਾ ਦੀ ਰਫ਼ਤਾਰ ਵੱੱਟੀ ਪਿਛਲੇ 24 ਘੰਟਿਆਂ ਦੇ ਦੌਰਾਨ 1.67 ਲੱਖ ਨਵੇਂ ਕੇਸ ਨਵੇਂ ਕੇਸਾਂ 'ਚ 20% ਦੀ ਕਮੀ ਦੋਸਤੋ ਦਿਨੋ-ਦਿਨ ਕਰੋਨਾ ਦੀ ਰਫ਼ਤਾਰ ਘਟ ਰਹੀ ਹੈ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 1,67,059 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ 1192 ਲੋਕਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੌਰਾਨ 2,54,076 ਲੋਕ ਠੀਕ ਹੋ ਚੁੱਕੇ ਰਹੇ ਤੋਂ ਬਾਅਦ ਦੇਸ਼ ਵਿੱਚ ਕਰੋਨਾ ਦੇ ਕੁੱਲ ਮਾਮਲੇ ਵਾਦ ਕੇ 4 ਕਰੋੜ 14 ਲੱਖ 69490 ਹੋ ਗਏ ਜਦਕਿ ਐਕਟਿਵ ਮੈਨੇਜਰ ਦੀ ਗੀਤੀ ਹੁਣ ਵਧ ਕੇ 1743059 ਹੋ ਗਈ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਸਵੇਰ ਦੀਆਂ ਤਾਜ਼ਾ ਤਿੰਨ ਵੱਡੀਆਂ ਖਬਰਾਂ ਦੋਸਤੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੋਂਦੇ ਲਈ ਇਨਾ ਹੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ ਹਮੇ 649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ